सत श्री अकाल जी, मैं तुहाड़ा अपना गुरलाल सिंह औलख स्वागत है ਤੁਹਾਡਾ ਸਾਡੇ ਅੱਜ ਦੇ ਬਲੌਗ ਵਿੱਚ। ਸਕੂਲ ਚੱਲੇ ਹੋ? ਹਾਂਜੀ ਠੀਕ ਆ। ਟਾਈਮ ਹੋ ਗਿਆ ਸਕੂਲ ਦਾ? ਓਕੇ ਬਾਏ। ਲੋ ਜੀ, ਕੱਪੜੇ ਕੱਢਣ ਵਾਲੇ ਵਾਸ਼ਿੰਗ ਮਸ਼ੀਨ 'ਚੋਂ ਕੱਢ ਦਿੱਤੇ ਆ, ਇੱਧਰ ਧੋ ਕੇ ਸੁੱਕਣੇ ਵੀ ਪਾਤੇ ਆ ਤੇ ਕੰਮ ਗਿਆ ਨਿਬੜ। ਨਹਾ ਧੋ ਲਿਆ ਏ, ਆਪਾਂ ਚੱਲੀਏ ਹੁਣ। ਟਾਈਮ ਕਾਫੀ ਹੋ ਚੁੱਕਾ ਆ ਤੇ ਅੱਜ ਥੋੜ੍ਹਾ ਲੇਟ ਹੋ ਗਏ ਤੇ ਘਰ ਦੇ ਕੰਮ ਕਾਰ ਥੋੜ੍ਹੇ ਕਰਨ ਵਾਲੇ ਸੀ, ਕਰ ਲਿਆ। ਹੁਣ ਅਸੀਂ ਪ੍ਰਸ਼ਾਦਾ ਪਾਣੀ ਛਕ ਲਿਆ ਤੇ ਹੁਣ ਚੱਲੇ ਹਾਂ ਅੰਮ੍ਰਿਤਸਰ ਸਾਹਿਬ ਨੂੰ ਹੀ। ਥੋੜ੍ਹਾ ਉੱਥੇ ਨਾਲੇ ਆਪ ਘੁੰਮਾਂਗੇ, ਨਾਲੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਸੋ ਆਓ ਚੱਲਦੇ ਹਾਂ ਅੰਮ੍ਰਿਤਸਰ ਦੇ ਵੱਖ ਵੱਖ ਇਲਾਕਿਆਂ ਵਿੱਚ ਅਤੇ ਆਪ ਜੀ ਨੂੰ ਦਰਸ਼ਨ ਕਰਾਉਂਦੇ ਹਾਂ। ਨਾਲੇ ਅਸੀਂ ਆਪਣਾ ਕੰਮ ਕਾਰ ਕਰ ਲਾਂਗੇ, ਨਾਲੇ ਤੁਸੀਂ ਦਰਸ਼ਨ ਕਰਦੇ ਰਹੋ, ਨਾਲੇ ਘੁੰਮ ਫਿਰ ਲਿਓ। ਇਹ ਜਿਹੜਾ ਪਿੰਡਾਂ ਦਾ ਮਾਹੌਲ ਹੁੰਦਾ ਜੀ, ਵੈਸੇ ਹੀ ਬੜਾ ਅੱਤ ਹੁੰਦਾ ਹੈ। ਸਭ ਕੁਝ ਖੁੱਲ੍ਹਾ ਖੁੱਲ੍ਹਾ, ਚਾਰੇ ਪਾਸੇ ਪੰਛੀਆਂ ਦੀਆਂ ਆਵਾਜ਼ਾਂ, ਚਿੜੀਆਂ ਦੀਆਂ, ਕਾਵਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ। ਸ਼ਹਿਰ 'ਚ ਇਹ ਕੁਛ ਕਿੱਥੇ ਲੱਭਦਾ ਹੈ? ਸ਼ਹਿਰ 'ਚ ਠੀਕ ਆ, ਦੁਕਾਨਾਂ ਲਾਗੇ ਹੁੰਦੀਆਂ ਹੈ, ਹੋਰ ਸੁਵਿਧਾ ਹੁੰਦੀ ਆ, ਪਰ ਜਿਹੜਾ ਨਜ਼ਾਰਾ ਅਸਲੀ ਹੁੰਦਾ ਨਾ, ਉਹ ਸ਼ਹਿਰਾਂ 'ਚ ਤਾਂ ਹੁੰਦਾ ਆ ਪਰ ਪਿੰਡਾਂ 'ਚ ਸਭ ਤੋਂ ਵੱਧ ਹੁੰਦਾ। ਪਿੰਡਾਂ 'ਚ ਹੋਰ ਨਜ਼ਾਰਾ ਹੁੰਦਾ ਬਹੁਤ ਜ਼ਿਆਦਾ, ਕਿਉਂਕਿ ਪਿੰਡਾਂ 'ਚ ਪੋਲਿਊਸ਼ਨ ਵੀ ਥੋੜ੍ਹਾ ਘੱਟ ਹੁੰਦਾ ਅਤੇ ਬਹੁਤ ਨਜ਼ਾਰੇਦਾਰ ਹੁੰਦਾ। ਇਸ ਤਰ੍ਹਾਂ ਹੈ ਪਿੰਡਾਂ ਦਾ ਮਾਹੌਲ। ਉੱਪਰਾ ਥੋੜ੍ਹਾ ਟਾਈਮ ਘੱਟ ਸੀ, ਆਪਾਂ ਜਾਣਾ ਸੀ ਸ਼ਹਿਰ ਨੂੰ ਅੰਮ੍ਰਿਤਸਰ ਸਾਹਿਬ। ਚਾਰੇ ਪਾਸੇ ਦਾ ਮਾਹੌਲ ਪੈਲੀਆਂ ਆ, ਕਣਕਾਂ ਬੀਜੀਆਂ ਹੋਈਆਂ ਆ, ਕਿਤੇ ਕਿਤੇ ਕਣਕਾਂ ਨੂੰ ਪਾਣੀ ਲੱਗ ਰਹੇ ਨੇ। ਪਿੰਡਾਂ 'ਚ ਧੁੱਪ ਤਾਂ ਪਸੇਕਣ ਦਾ ਵੀ ਬਹੁਤ ਨਜ਼ਾਰਾ ਆਉਂਦਾ, ਸ਼ਹਿਰਾਂ 'ਚ ਜਦੋਂ ਕੰਮਾਂ ਕਾਜਾਂ 'ਚ ਜਾਈਦਾ ਕਿੱਥੇ ਧੁੱਪ ਸੇਕੀ ਜਾਂਦੀ ਆ, ਫਿਰ ਤਾਂ ਮਹਾਂ ਕੰਮ ਹੀ ਹੁੰਦੇ ਆ, ਫਿਰ ਤਾਂ ਭੱਜੋ ਨੱਸੀ, ਚੁੱਕੋ ਜੀ ਐਣੂ, ਚੁੱਕੋ ਜੀ ਐਣੂ, ਮਿੰਟੋ ਮਿੰਟੀ। ਚਲੋ ਠੀਕ ਆ ਜੀ। ਬਾਕੀ ਇੱਕ ਗੱਲ ਹੋਰ, ਹੋਰ ਨਜ਼ਾਰੇ ਪਤਾ ਨਹੀਂ, ਮੈਨੂੰ ਪਤਾ ਨਹੀਂ, ਪਰ ਪਿੰਡਾਂ 'ਚ ਚਾਹ ਬੜੀ ਵਾਰ ਵਾਰ ਮਿਲ ਜਾਂਦੀ ਆ ਅਤੇ ਇਹ ਸਾਡੀ ਦੂਸਰੀ ਚਾਹ ਹੋ ਗਈ ਆ। ਫਿਰ ਮਿਲਦੀ ਵੀ ਚੰਗੀ, ਕੱਪ ਭਰ ਭਰ ਕੇ ਵੇਖੋ, ਮਤਲਬ ਦੂਸਰੀ ਚਾਹ ਅਤੇ ਪਿੰਡਾਂ 'ਚ ਚਾਹ ਵਾਧੂ ਨਜ਼ਾਰੇ। ਉੱਠੇ ਚਾਹ, ਉੱਠੇ ਬੈਠੇ ਚਾਹ, ਫੜ ਲਓ ਚਾਹ, ਪੀ ਲਓ ਚਾਹ, ਵਾ ਚਾਹ ਹੀ ਚਾਹ, ਇੱਧਰ ਚਾਹ, ਇੱਧਰ ਚਾਹ, ਚਾਹ ਹੀ ਚਾਹ, ਬਸ ਚਾਹ ਹੀ ਚੱਲੂ। ਹਾਂ ਬਈ, ਤੂੰ ਕਿੱਥੇ ਰਹਿੰਦਾ ਦੱਸੋ? ਅੱਛਾ, ਚਲੋ ਆਪਾਂ ਹੁਣ ਘਰੋਂ ਬਾਈਕ ਲੈ ਆਈਏ ਅਤੇ ਫਿਰ ਜਾਣਾ ਆਪਾਂ ਸ਼ਹਿਰ ਨੂੰ ਅੰਮ੍ਰਿਤਸਰ ਸਾਹਿਬ। ਚਲੋ ਆਪਣੇ ਘਰੋਂ ਬਾਈਕ ਲੈ ਆਈਏ ਉੱਧਰੋਂ। ਸਿਰ ਨਦੀਆ ਤਰ ਮਹੇਤ ਸਾਕਾ ਜਿੰਦਗੀਆ। ਲਓ ਜੀ ਪਹੁੰਚੇ ਆਪਾਂ ਘਰ ਅਤੇ ਆਓ ਖੜੀ ਆਪਣੀ ਬਾਈਕ ਅਤੇ ਆਪਾਂ ਬਾਈਕ ਲਈਏ ਅਤੇ ਚੱਲੀਏ। ਇਹ ਆ ਗਿਆ ਜੀ ਗੁਰਦੁਆਰਾ ਮੋਰਚਾ ਸਾਹਿਬ। ਦੱਸਦੇ ਆ ਕਿ ਜਦੋਂ ਭਾਰਤ ਦੀ ਅਤੇ ਪਾਕਿਸਤਾਨ ਦੀ ਜੰਗ ਲੱਗੀ ਸੀ ਨਾ, ਅਤੇ ਪਾਕਿਸਤਾਨ ਵੱਲੋਂ ਇੱਥੇ ਬੰਬ ਸੁੱਟੇ ਜਾਂਦੇ ਸੀ ਭਾਰਤ ਉੱਤੇ, ਅਤੇ ਜਦੋਂ ਇੱਥੇ ਮੋਰਚੇ ਬਣੇ ਹੋਏ ਨੇ ਅਤੇ ਇਸ ਜਗ੍ਹਾ 'ਤੇ ਫਿਰ ਉਹਦੇ ਬੰਬ ਜਿਹੜੇ ਉਹ ਚੱਲਦੇ ਨਹੀਂ ਸੀ। ਉਸ ਤੋਂ ਬਾਅਦ ਇੱਥੇ ਗੁਰਦੁਆਰਾ ਬਣਾ ਤਾ ਮੋਰਚਾ ਸਾਹਿਬ। ਬਾਕੀ ਇਤਿਹਾਸ ਬਹੁਤ ਵੱਡਾ ਹੋਏਗਾ ਸ਼ਾਇਦ, ਮੈਨੂੰ ਜਿੰਨਾ ਕੁ ਪਤਾ ਸੀ ਮੈਂ ਉਨਾ ਕੁ ਤੁਹਾਨੂੰ ਦੱਸਤਾ। ਹਾਂਜੀ ਅਸੀਂ ਆ ਚੁੱਕੇ ਹਾਂ ਜੀ ਸ਼ਹਿਰ, ਸੀ ਬਲੋਕ ਰਣਜੀਤ ਐਵੇਨਿਊ।
ते तकरीबन अजे मार्केट खुली भी नहीं ते सारी मार्केट खाली पई अजे कोई नहीं अजे। सो चलो देखते हैं, सवेर सवेर का टाइम यार सारी मार्केट खाली पई हुई आ। बाकी यो ही काम कार करो ते चलो पिंडा नू। बाकी शहर तो फिर पोल्यूशन ही आ रौला रप्पा। चलो कोई नहीं, काम कार तो करना ही पैने, काम करना तो शहर ही आना पैना। इधर कबूतर दाना चुग रहे ने, बहुत वधिया गल। चलो आना एक रेस्टोरेंट आ मसल होलिक्स, इन्हों को काम सी। चलो मिल लेने जी। आप चले जी हूँ अमृतसर तो फतेहगढ़ चूड़िया रोड आ, उत्थे पिंड है मुरादपुरा, उत्थे मुरादपुरे जाना। चलो चलते हैं। हाँ जी, यह है जी फतेहगढ़ चूड़िया रोड, अमृतसर तो फतेहगढ़ चूड़िया डबल लाइन रोड बनया हुआ है, वधिया रोड है ये। इतों फतेहगढ़ चूड़िया तो अगे रमदास, रमदास तो अगर डेरा बाबा नानक उधरली साइड निकल जाता। जी आ पिंड है जी मुरादपुरा, ये उत्थों पिया है तकरीबन 7-8 किलोमीटर जितों चले सी फतेहगढ़ चूड़िया रोड ते आ। क्रिसमस आ गया तो होटल वगैरह जो मार्केटा सजनिया शुरू हो गई आखो कि सोहना सजाया हुआ है। मैरी क्रिसमस लिखा हुआ थले। यह है जी अमृतसर का महाराजा पैलेस, असी जा रहे हैं महाराजा पैलेस, असी जा रहे हैं जी वेरका, वेरके चले हैं। अमृतसर तो तकरीबन 5 किलोमीटर आ गए हैं, तो 5 किलोमीटर हो रहा, टोटल 10 किलोमीटर हैगा है। तो चले हाँ तो उस तो बाद सीधा घर ही जाना असी, क्योंकि शाम हो चुकी है। अगे आ गया जी पटाला रोड, क्योंकि जोड़ा बल्ला वेरका है ना पिंड, वेरका स्टेशन है, ये पटाला रोड पर ही पैंता है, ये पटाला रोड पर पैंता है, जोड़ा पटाला गांव पठानकोट जम्मू में चल जाता रोड हाईवे। सो ये आ गया अगे पटाला रोड, ये नाल ही आ वेरका स्टेशन, वेरका आ रेलवे स्टेशन, ये आ गया। ये आ गया जी सामने वेरका स्टेशन, ये सामने सारे शहर वागू अमृतसर च भी इस तरह जाम लगते जे, देख लो सारे शहर का यो ही हाल आ, दूर दूर तक जाम। चलो कोई नहीं असं चले घर, कोई नहीं मसा लेट भी हो जाएंगे, कोई नहीं। चुका है एडमिशन तो चीजियाँ चोरिया कर रहा है, तो चोरिया करके चलिया है, इदा ही है ना, ट्यूशन तो आया है। ठीक है, दिन छिप गया जी, तो हनेरा होने वाला हो गया, तो इतने ही असी अपनी वीडियो समाप्त करते हैं, मिलते हैं किसी होर वीडियो के। सत श्री अकाल जी सारे, रब रखा।